ਇਹਨੇ ਜ਼ਲੀਲ ਕਰ ਛੋੜੇ ਪਾਕਿਸਤਾਨ ਦੀ ਜ਼ਰਾ ਇੱਕ ਇੱਜ਼ਤ ਹੀ ਨਹੀਂ ਰਖਵਾਈ। ਟੀਮ ਦੇ ਉੱਤੇ ਖਰਚਾ ਥੀਂਦੇ, ਇਹ ਖਰਚਾ ਪਾਕਿਸਤਾਨ ਦੇ ਕੋਈ ਸਰਕਾਰੀ ਸਕੂਲ ਬਣੇ ਵਣੇ, ਯਤੀਮ ਵਾਲਿਆਂ ਕੋ ਤਾਲੀਮ ਦਿੱਤੀ ਵਣੇ, ਉਹ ਪੈਸੇ ਦੇ ਤੁਸਾਂ ਬੋਰ ਲਾ ਜੋ ਉਹਦੇ ਮੌਤ ਪੰਦੀ ਐਵੇਂ ਮਰਦੋ। ਗੁਜ਼ਾਰਿਸ਼ ਹੈ ਅਮਰੀਕਾ ਕਨੇ ਜਿਹੜਾ ਅਸਾਂ ਕਰਜ਼ਾ ਦੇਵਣੇ ਸਾਡੀ ਟੀਮ ਕੋ ਉੱਥੇ ਰੱਖ ਗਿਨ ਕਰਜ਼ਾ ਜਿਹੜਾ ਨਾ ਪਾਕਿਸਤਾਨ ਦਾ ਉਹ ਮਾਫ਼ ਕਰ ਦੇਵੇ। ਪਾਕਿਸਤਾਨੀ ਹਕੂਮਤ ਨੇ ਗੁਜ਼ਾਰਿਸ਼ ਹੈ ਜੇਲ ਦੇ ਵਿੱਚ ਇਹਨੇ ਕੋ ਢੱਕ ਦਿਓ ਤੇ ਇਮਰਾਨ ਖਾਨ ਕੋ ਛੋੜ ਦਿਓ। ਏਅਰਪੋਰਟ ਤੇ ਜੇ ਵੇਲੇ ਲਾਵੇ ਪਾਕਿਸਤਾਨੀ ਟੀਮ ਇਹਨੇ ਕੋ ਟਮਾਟਰ ਮਾਰੋ, ਇਹਨੇ ਦੀ ਦਲੀਲ ਕਰ ਛੋੜੀ ਇਹਨੇ ਸੇਗੋ। 120 ਰਨਸ ਨਹੀਂ ਬਣਾਏ, 120 ਰਨਸ ਹਨ ਕਿਆ ਯਾਰ, ਤੁਸਾਂ ਆਪ ਦੱਸੋ। ਛੋਟਾ ਜਿਹਾ ਸਟੈਂਡ ਮੈਂ ਬਣੀ ਬੈਠਾ ਤੇ ਡੱਬੇ ਛੱਬੇ ਖੁਰਸੀ ਦੇ ਉੱਤੇ ਮੋਬਾਈਲ ਜੋ ਰੱਖੇ ਸਾਂ ਤੇ ਵਲਾ ਇਹ ਡੱਬਿਆਂ ਦੇ ਵਿੱਚ ਫਸਾ ਰੱਖੇ ਸਾਂ ਜੋ ਮੋਬਾਈਲ ਠਾਵੇ ਨਾ, ਤੇ ਪੈਨਸਿਲ ਵਰਕ ਕਰੇ ਤੇ ਪਵੇਂਦੇ ਜੋ ਕੁਝ ਇਹ ਲਿਖੇ ਪੈਣ। ਕਿਵੇਂ ਮਰਗਾ ਦਸਾਏ, ਠੀਕ ਅੰਦੀ ਪਈ ਤਸਵੀਰ ਕਾਨਾ ਕਿਆ ਹੈ। ਪਾਕਿਸਤਾਨੀ ਟੀਮ ਸਾਰੇ ਨਾਲ ਕੰਮ ਕੀਤੇ ਨਾ ਪਾਕਿਸਤਾਨੀ ਕੌਮ ਦੇ ਨਾਲ, ਅੱਜ ਨਾ ਪੁੱਛੋ ਅੰਦਰ ਜੇ ਰਹਿਣਾ ਕੋਲਾ ਚਾ ਪਏ, ਹਾਂ ਸੜ ਗਿਆ ਜੀ, ਕ੍ਰਿਕਟ ਕਨੇ ਨਫ਼ਰਤ ਥੀ ਗਈ ਹੈ। ਪਹਿਲੀ ਗੱਲ ਇਹ ਜੋ ਕ੍ਰਿਕਟ ਦਾ ਖਰਚਾ ਕਿਤਨਾ ਥੀਂਦਾ ਪਿਆ ਤੁਸੀਂ ਇਹ ਦੇਖੋ, ਇੰਡੀਆ ਜਿਹੜਾ ਟਾਰਗੇਟ 119 ਦਾ ਟਾਰਗੇਟ ਆ ਤੇ ਇਹਨੇ 120 ਬਣਾਉਣੇ ਹਨ ਤੇ ਉਹ ਵੀ ਨਹੀਂ ਬਣਾ ਸਕੇ। ਇੱਕ ਤਾਂ ਏ ਸੀ ਮੈਂ ਬੰਦ ਕੀਤੀ ਬੈਠਾ ਜੋ ਮੈਂ ਤਾਂ ਸ਼ੋਰ ਨਾ ਹੋਵੇ ਵੀਡੀਓ ਦੇ ਵਿੱਚ। ਤੁਸੀਂ 14-15 ਵਾਰ ਜਿਵੇਂ ਵੇਲੇ ਆ ਨਾ, 14-15 ਵਾਰ ਤੇ ਹਰ ਕੋਈ ਇਸ ਪਾਕਿਸਤਾਨੀ ਕੌਮ ਅਸਾਂ ਆਪ ਹੀ ਮੈਂ ਸਮਝੀ ਪਿਆ ਸੀ ਜੋ ਬੇਲੀ ਇਹ ਮੈਚ ਪਾਕਿਸਤਾਨ ਜਿੱਤ ਗਏ। ਆਖਰੀ ਜਿਹੜੇ 5-6 ਵਾਰ ਆਉਂਦਾ ਉਹਨਾਂ ਦੇ ਵਿੱਚ ਵਿਕਟਾਂ ਡਾਂਜਿਆ ਗਏ ਤੇ ਸਾਰੇ ਆਊਟ ਥੀਂਦੇ ਗਏ। ਬਾਬਰ ਦੀ ਤੁਸਾਂ ਖੇਡ ਦਿੱਤੀ ਵੇ, ਬਾਬਰ ਇਹ ਜਿਹੜਾ ਚੈਂਪੀਅਨ ਇੰਟਰਨੈਸ਼ਨਲ ਚੈਂਪੀਅਨ ਲੋਕ ਦੁਨੀਆ ਕੋ ਮੰਨਦੀ ਹੈ, ਲੇਕਿਨ ਇਵੇਂ ਜਿਵੇਂ ਖੇਡ ਗਏ ਇਵੇਂ ਖਰੀਦੀ ਹੈ ਯਾਰ, ਤੁਸਾਂ ਦੱਸੋ। ਤੇ ਬਾਬਰ ਕੋਲ ਇੱਕ ਨੇ ਹੈਰਾਨ ਥੀ ਗਿਆ, ਇਵੇਂ ਖਰੀਦੇ ਯਾਰ, 2-4 ਟਣੋਕੇ ਦੇ ਕੇ ਆਊਟ ਥੀ ਗਿਆ। ਉਹਦੇ ਬਾਅਦ ਜਿਹੜੇ ਅੰਦਰ ਰਹਿ ਗਏ ਉਹ ਵੀ ਲੈਣ ਲੱਗੀ ਰਹਿ ਗਈ, ਇੱਕ ਅੰਦਰ ਰਹਿ ਗਏ ਤੇ ਬਿਆ ਵੇਂਦਰ ਰਹਿ ਗਏ। ਅਸੀਂ ਪਾਕਿਸਤਾਨ ਦੇ ਜਿਹੜੇ ਟੀਮ ਦੇ ਵਿੱਚ ਬੋਲਰ ਹਨ ਉਹਨਾਂ ਦੀ ਅਸਾਂ ਗਿਲਾ ਨਿਸ਼ਾ ਕਰਦੇ, ਉਹ ਮਾਸ਼ਾਅੱਲਾ ਜ਼ਬਰਦਸਤ ਉਹਨੇ ਬੋਲਿੰਗ ਕੀਤੀ ਹੈ ਤੇ ਉਹਨੇ ਵਿਕਟਾਂ ਹੀ ਸਾਰੀਆਂ ਕੀਤੀਆਂ, ਤੁਸੀਂ ਦਿੱਠਾ ਹੋਸੀ ਵਿਕਟਾਂ ਉਹਨੇ ਸਾਰੀਆਂ ਗੇਂਦ ਕੀਤੀਆਂ। ਆਖਰੀ ਦੇ ਵਿੱਚ ਜਿਵੇਂ ਵੇਲੇ ਨਸੀਮ ਸ਼ਾਹ ਇਨਾਮ ਨਾਲ ਤੁਸਾਂ ਮਨੇ ਸੋ ਜਿਹੜੇ ਹੀ ਖੇਡ ਗਏ ਨਾ, ਸਾਰੇ ਜਿਹੜੇ ਹੀ ਖੇਡ ਗਏ ਇਹਨੇ ਸਾਰਿਆਂ ਨੇ ਉਹਦੇ ਆਖਰੀ ਦੇ ਵਿੱਚ ਇੱਕ ਨੂੰ ਸ਼ਾਟ ਉਹਨੇ ਸਾਰਿਆਂ ਨੇ ਸਮਝ ਜ਼ਬਰਦਸਤ ਤੇ ਬਹੁਤ ਕੀਮਤੀ ਸ਼ਾਟ ਹਨ ਉਹਨੇ ਮੈਚ ਹਰੀਆਂ ਤੇ ਉਹ ਸ਼ੋਦਾ ਰੋਂਦਾ ਹੀ ਵੇਂਦਾ। ਹੁਣ ਤੁਸਾਂ ਦੱਸੋ ਇਹ ਟੀਮ ਦਾ ਕਿਆ ਕਰੇ ਜੇ ਪਾਕਿਸਤਾਨ ਦਾ, ਤੁਸਾਂ ਕਮੈਂਟ ਦੇ ਵਿੱਚ ਆਪਣੇ ਆਪਣੀ ਰਾਏ ਲਾਜ਼ਮੀ ਦੇਣੀ ਹੈ ਜੋ ਇਹਨਾਂ ਦਾ ਕਿਆ ਕਰੇ ਜੇ। ਇਹਨਾਂ ਦਾ ਜਿਹੜਾ ਖਰਚਾ ਹੈ ਉਹ ਖਰਚਾ ਕਿਤਨਾ ਥੀਂਦਾ ਪਏ, ਤੁਸੀਂ ਏਡੀਆਂ ਲਏ ਵੇ ਕਰੋੜਾਂ ਦੇ ਹਿਸਾਬ ਤੇ ਇਹਨਾਂ ਦਾ ਖਰਚਾ ਥੀਂਦਾ ਪਏ, ਕਰੋੜਾਂ ਦੇ ਹਿਸਾਬ ਤੇ ਇਹਨਾਂ ਦਾ ਤਨਖਾਹੀਆਂ ਘੁੰਮਾਣ ਫਿਰਾਣ ਗਏ ਵਦਨ, ਇਹ ਤੁਸਾਂ ਡਿੱਠੇ ਵਾਲਾ ਫੈਮਿਲੀ ਕੋ ਨਾਲ ਗਿਣ ਕਣ ਗਏ ਵਦਨ, ਫੈਮਿਲੀ ਦਾ ਖਰਚਾ ਵੀ ਥਾ ਕੌਮ ਦੇ ਟੈਕਸ ਦੇ ਉੱਤੇ, ਗਰੀਬ ਕੌਮ ਦੇ ਪੇ ਪਾਕਿਸਤਾਨ ਦੇ ਹਾਲਾਤ ਪੂਰੇ ਸੁਰਨ ਦੇ ਇੰਨੇ ਦੇ ਫੈਮਿਲੀ ਦੇ ਖਰਚੇ ਦੇ ਇੰਨੇ ਦੇ ਘੁੰਮਣ ਫਿਰਨ ਐਸ਼ੀਆਂ ਤੁਸਾਂ ਡਿੱਠਾ ਹੋ ਸੀ ਜੇ ਕੌਮ ਬਹੁ ਗੁੱਸੇ ਦੇ ਵਿੱਚ ਇੰਨੇ ਨਾ ਮੁਰਾਦ ਜੇਰ ਕੀਤੀ ਹੈ ਨਾ, ਮੇਰੇ ਬੇ ਛੋਟੇ ਮੋਟੇ ਮੈਚ ਹੁੰਦੇ ਨੇ ਉਹਨੇ ਚਲੋ ਹਰਦੇ ਰਹਿ ਗਏ, ਮੁਕਾਲਾ ਮਲੀ ਰਹਿ ਗਏ, ਉਹਨੇ ਦਾ ਮਸਲਾ ਕਹਾਣੀ ਵਰਲਡ ਕੱਪ ਦੇ ਵਿੱਚ ਤੋਂ ਉਹ ਹਾਲਾਤ ਹੋਏ ਨਾ ਮੁਰਾਦੋ, ਤੁਸਾਂ ਕਿਹੜੇ ਕਹੇ ਕੰਮ ਦੇ ਹੋ ਤੁਹਾਡਾ ਹਾਂ ਮਦਾ ਥੀ ਵੇ। ਅੱਜ ਇੱਕ ਤੇ ਗਰਮੀ ਦਲੀਲ ਕਰ ਮਾਰੀ ਨੇ, ਬਾਬਰ ਆਜ਼ਮ ਕੋ ਜਿਹੜਾ ਕੌਮ ਪਿਆਰ ਦਿੱਤੇ ਨਾ ਬਾਬਰ ਆਜ਼ਮ ਕੋ, ਬਾਬਰ ਆਜ਼ਮ ਅਗਰ ਕਪਤਾਨ ਹੈ ਟੀਮ ਦਾ, ਅਗਰ ਇਹ ਉਹਦੇ ਪਿਆਰ ਦਾ ਬਦਲਾ ਅੱਧਾ ਵੀ ਇਹ ਬਦਲਾ ਵਾਪਸ ਕਰਿਆ ਨਾ ਤੇ ਅੱਜ ਇਹ ਮੈਚ ਨਾ ਹਾਰੇ ਨਾ, ਥੋੜ੍ਹੀ ਸ਼ਰਮ ਕਹਾਣੀ। ਕੌਮ ਇਹਨੇ ਕੋ ਇਤਨਾ ਪਿਆਰ ਰਹਿੰਦੀ ਹੈ, ਇਤਨਾ ਪਿਆਰ ਰਹਿੰਦੀ ਹੈ, ਲੇਕਿਨ ਇਹਨੇ ਤੇ ਆਪਣੀ ਹੱਦ ਹੀ ਕਰ ਦਿੱਤੀ ਹੈ। ਅੱਛਾ ਅਸੀਂ ਆਖਰੀ ਇੱਕ ਨੂੰ ਗਾਲੀਆਂ ਮੈਂ ਬੈਠਾ ਗਰਮੀ ਦੇ ਆਖਰੀ ਦੇ ਵਿੱਚ ਮੈਂ ਇਹੋ ਕੁਝ ਆਖਣਾ ਚਾਹਾਂ ਜੋ ਇਹਨਾਂ ਦਾ ਕਿਤਨਾ ਖਰਚਾ ਥੀਂਦਾ ਪਿਆ, ਕਰੋੜਾਂ ਦਾ ਵਲਾ ਵਲਾ ਮੈਂ ਤੁਹਾਨੂੰ ਦੱਸਣਾ ਬੈਠਾ, ਕਰੋੜਾਂ ਦਾ ਜਿਹੜਾ ਖਰਚਾ ਹੈ। ਪਾਕਿਸਤਾਨੀ ਹਕੂਮਤ ਨੇ ਗੁਜ਼ਾਰਿਸ਼ ਹੈ ਤਾਂ ਇਹੋ ਕੁਝ ਆਖਣਾ ਚਾਹੁੰਦਾ ਜੋ ਇਹ ਕ੍ਰਿਕਟ ਨੂੰ ਬੰਦ ਕੀਤਾ ਵਜੇ, ਜਿਹੜਾ ਇਹ ਟੀਮ ਦੇ ਉੱਤੇ ਖਰਚਾ ਥੀਂਦੇ, ਇਹ ਖਰਚਾ ਪਾਕਿਸਤਾਨ ਦੇ ਕੋਈ ਸਰਕਾਰੀ ਸਕੂਲ ਬਣੇ ਵਜੇ, ਅੱਛੇ ਸਕੂਲ ਬਣੇ ਵਜੇ, ਬਾਲਿਆਂ ਕੋ ਤਲੀਮ ਦਿੱਤੀ ਵਜੇ, ਮੁਫ਼ਤ ਤਲੀਮ ਦਿੱਤੀ ਵਜੇ, ਯਤੀਮ ਬਾਲਿਆਂ ਕੋ ਪੜ੍ਹਾਓ ਤਲੀਮ ਦਿੱਤੀ ਵਜੇ, ਉਹ ਕਿਤਨਾ ਦੁਆ ਕਰੇ ਸਨ। ਤੇ ਬਿਆਹ ਤੁਸਾਂ ਪਾਕਿਸਤਾਨ ਦੇ ਹਾਲਾਤ ਦੇਖਦੇ ਪਿਓ, ਪਾਣੀ ਸਿੰਧ ਦੇ ਵਿੱਚ ਕਿਤਨਾ ਪਾਣੀ ਦੀ ਆਏ, ਇਹ ਜਿਹੜੇ ਛੋਟੇ ਛੋਟੇ ਗਾਓਂ ਵਾਲੇ ਇਲਾਕੇ ਦਿਹਾਤੀ ਇਲਾਕੇ ਨੇ ਉੱਥਾਂ ਪਾਣੀ ਦੀ ਕਿਤਨਾ ਹੀ ਥੀ ਵੇਦੀ ਹੈ, ਜਿਹੜਾ ਉਹਨੇ ਤੇ ਖਰਚਾ ਥੀਂਦੇ ਉਹ ਪੈਸੇ ਦੇ ਤੁਸਾਂ ਬੋਰ ਲਾ ਜੋ ਉਹਦੇ ਮੌਤ ਪੰਦੀ ਹੈ ਮਰਦੋ, ਆਵਾਮ ਕੋਈ ਸਾਫ਼ ਪਾਣੀ ਪੀ ਸੀ ਕੋਈ ਦੁਆ ਤੇ ਕਰੇ ਸੀ ਹਕੂਮਤ ਨੂੰ, ਇਹਨੇ ਨਾ ਮੁਰਾਦੇ ਦੇ ਉੱਤੇ ਜਿਤਨਾ ਹੀ ਖਰਚਾ ਕਰੋ ਤੁਸਾਂ ਇਹਨੇ ਦੀ ਬਸ ਥੀ ਗਈ ਹੈ, ਇਹ ਹੁਣ ਬਸ ਖਤਮ ਥੀ ਗਈ ਹੈ ਟੀਮ ਹੀ ਤੇ ਕ੍ਰਿਕਟ ਹੀ ਹਰ ਸ਼ੈ ਵੀ। ਉਹ ਬਿਆਹ ਬੰਦਾ ਹਾਂ ਉਹ ਬਿਆਹ ਕਪਤਾਨ ਆ ਜਿਹੜਾ ਵਰਲਡ ਕੱਪ ਪਾਕਿਸਤਾਨ ਕੋ ਜਿਤਵਾਇਆ ਸੀ, ਜਿਹੜਾ ਖਰਚਾ ਥੀਂਦਾ ਪਿਆ ਪਾਕਿਸਤਾਨ ਦੇ ਚੰਗੇ ਕੰਮ ਦੇ ਵਿੱਚ ਪੈਸਾ ਸੱਟਿਆ ਵਜੇ, ਕੋਈ ਗਰੀਬੀ ਦੇ ਉੱਤੇ ਖਰਚ ਕੀਤਾ ਵਜੇ। ਵੀਡੀਓ ਕਾਫੀ ਸਾਰੀ ਲੰਬੀ ਥੀ ਵੀ ਸੀ, ਅਗਰ ਅੱਜ ਦੀ ਵੀਡੀਓ ਤੁਹਾਨੂੰ ਅੱਛੀ ਲੱਗੀ ਹੈ ਤੇ ਚੈਨਲ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ, ਤੇ ਵੀਡੀਓ ਕੋ ਇੱਕ ਇੱਕ ਸ਼ੇਅਰ ਅੱਜ ਲਾਜ਼ਮੀ ਕਰੇ ਸੋ ਮੁਹੱਬਤਾਂ ਵੰਡੇ ਸੋ, ਤੇ ਵਲਾ ਮਿਲਸੂ ਨਵੀਂ ਵੀਡੀਓ ਦੇ ਵਿੱਚ, ਅੱਲਾ ਹਾਫਿਜ਼ ਦੋਸਤੋ।